2 ਸਾਲ ਹੋ ਗਏ ਬੜੀਆਂ ਉਮੀਦਾਂ ਨਾਲ ਕਾਂਗਰਸ ਨੂੰ ਲਿਆਂਦਾ ਸੀ ਲੋਕਾਂ ਨੇ, ਪਰ ਉਹ ਕੰਧਾਂ 'ਤੇ ਲਿਖੇ ਹੋਏ ਨਾਰੇ ਬਣ ਕੇ ਰਹਿ ਗਏ। ਸਿਰਫ ਸ਼ਹਿਰ ਬਦਲਿਆ, ਪਹਿਲਾਂ ਲੋਕ ਮੁਰਦਾਬਾਦ ਦੇ ਨਾਰੇ ਲਾਉਣ ਬਠਿੰਡੇ ਜਾਂਦੇ ਸੀ, ਹੁਣ ਪਟਿਆਲੇ ਜਾ ਰਹੇ ਨੇ। ਸੋ ਦੁੱਖਦਾਇਕ ਗੱਲ ਹੈ, ਔਰ ਵੋਟਾਂ ਦੇ ਨੇੜੇ ਆ ਕੇ ਲੋਲੀਪੋਪ ਦਿੱਤੇ ਜਾ ਰਹੇ ਨੇ ਅਖਬਾਰਾਂ ਦੇ ਵਿੱਚ ਐਡਾਂ ਦੇ ਕੇ, ਪਰ ਲੋਕ ਸਭਾ ਚੋਣਾਂ 2019 ਦੇ ਵਿੱਚ ਪੰਜਾਬ ਦੇ ਲੋਕ ਇਹ ਦੱਸ ਦੇਣਗੇ ਕਿ ਕਾਂਗਰਸ ਦੀਆਂ ਵਾਅਦਾ ਖਿਲਾਫੀਆਂ ਤੋਂ ਉਹ ਕਿੰਨਾ ਦੁਖੀ ਨੇ। ਸੋ ਕੈਪਟਨ ਸਾਹਿਬ ਨੇ ਤਾਂ ਬਹੁਤ ਸਾਰੇ ਹੋਰ ਵੀ ਵਾਅਦੇ ਕੀਤੇ ਸੀ, ਆਪਸ 'ਚ ਮਿਲੇ ਹੋਏ ਨੇ, ਅਕਾਲੀ ਦਲ ਨੂੰ ਮਿਲ ਕੇ ਉਹਨਾਂ ਦੀ ਸਪੋਰਟ ਕਰ ਰਹੇ ਨੇ। ਨਾ ਕੋਈ ਨਸ਼ੇ ਦੀ ਕੋਈ ਲਾਲ, ਕਹਿੰਦੇ ਸੀ ਲੱਕ ਤੋੜਾਂਗੇ, ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ, ਅਤੇ ਕਹਿੰਦੇ ਸੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਅਸੀਂ ਜੇਲ੍ਹਾਂ 'ਚ ਭੇਜਾਂਗੇ। ਹਜੇ ਤੱਕ ਉਹ ਵੀ ਨਹੀਂ ਕੁਛ ਹੋਇਆ, ਕਮਿਸ਼ਨ 'ਤੇ ਕਮਿਸ਼ਨ ਬਿਠਾਏ ਜਾਂਦੇ ਆ। ਜਿਹੜੇ ਮੰਤਰੀ ਨੇ ਕਾਂਗਰਸ ਦੇ ਉਹ ਖੁਦ ਝੋਲੀਆਂ ਅੱਡ ਰਹੇ ਨੇ, ਮਿੰਨਤਾਂ ਕਰ ਰਹੇ ਨੇ ਕੈਪਟਨ ਸਾਹਿਬ ਸਾਨੂੰ ਪਿੰਡਾਂ 'ਚ ਜਾਣ ਜੋਗਾ ਰੱਖ ਲਓ, ਕਿਹੜੇ ਮੂੰਹ ਲੈ ਕੇ ਪਿੰਡਾਂ ਜਾਵਾਂਗੇ, ਕਾਰਵਾਈ ਕਰ ਦਿਓ। ਪਰ ਹੁਣ ਤਾਂ ਬੱਚਾ ਜਾਣਦਾ ਕਿ ਕੈਪਟਨ ਸਾਹਿਬ ਅਕਾਲੀ ਦਲ ਨਾਲ ਮਿਲ ਕੇ ਇਹ ਨੂਰਾ ਕੁਸ਼ਤੀ ਜਿਹੜੀ ਹੈ ਪੰਜਾਬ 'ਚ ਖੇਡ ਰਹੇ। ਸੁਖਬੀਰ ਬਾਦਲ ਕਹਿੰਦਾ ਸੀ ਰਾਜ ਕਰਾਂਗੇ 25 ਸਾਲ, ਇਹ ਕਹਿੰਦੇ 13-13 ਜਿੱਤਾਂਗੇ। ਇਹ ਕੌਣ ਹੁੰਦੇ ਨੇ, ਕਿਹੜੇ ਜੋਤਸ਼ੀ ਤੋਂ ਪੁੱਛ ਲਿਆ, ਪਬਲਿਕ ਨੂੰ ਪੁੱਛੋ ਨਾ, ਇਹ ਲੋਕ ਦੱਸਣਗੇ ਨਾ। ਸੋ ਇਹ ਤਾਂ ਫੋਕੇ ਦਾਅਵੇ ਨੇ ਇਹਨਾਂ ਦੇ। ਸੋ ਪੰਜਾਬ ਦੇ ਲੋਕ ਵਾਅਦਾ ਖਿਲਾਫੀਆਂ ਤੋਂ ਕਾਂਗਰਸ ਦੀਆਂ ਤੋਂ ਦੁਖੀ ਨੇ। ਅਕਾਲੀ ਦਲ ਬੇਅਦਬੀ ਕਾਂਡ ਤੋਂ ਬਾਅਦ ਲੋਕਾਂ ਦੇ ਮਨਾਂ 'ਚੋਂ ਉੱਤਰ ਗਿਆ, ਨਫ਼ਰਤ ਦਾ ਪਾਤਰ ਬਣ ਗਏ। ਲੋਕ ਪਿੰਡਾਂ 'ਚ ਛੱਡੋ, ਉਹਨਾਂ ਨੂੰ ਗੁਰੂ ਘਰਾਂ 'ਚ ਵੀ ਨਹੀਂ ਵੜਨ ਦਿੰਦੇ ਹੁਣ। 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਵੱਲ ਬਹੁਤ ਉਮੀਦ ਨਾਲ ਦੇਖ ਰਹੇ ਨੇ, ਲੋ ਜੂਗਾ, ਕਿਉਂਕਿ BSP ਨਾਲ ਗੱਲ ਚੱਲ ਰਹੀ ਹੈ ਨਾਲ, ਇਸ ਕਰਕੇ 1-2 ਦਿਨ ਦੀ ਅਸੀਂ ਮੀਟਿੰਗਾਂ ਲਈ ਟਾਈਮ ਮੰਗਿਆ, 2-4 ਦਿਨਾਂ 'ਚ ਹੋ ਜੂਗਾ। ਅਨੰਦਪੁਰ ਸੀਟ ਵਾਸਤੇ ਨਹੀਂ ਨਹੀਂ ਕੋਈ ਨਹੀਂ, ਕੋਈ ਅਨੰਦਪੁਰ ਦਾ ਰੌਲਾ ਨਹੀਂ, ਮੀਡੀਆ ਨੇ ਹਾਈਪ ਕ੍ਰੀਏਟ ਕੀਤੀ ਹੋਈ ਹੈ, 13 ਸੀਟਾਂ 'ਤੇ ਬੜੇ ਵਧੀਆ ਮਾਹੌਲ 'ਚ ਗੱਲ ਹੋਈ ਹੈ, ਆਉਣ ਵਾਲੇ 1-2 ਦਿਨਾਂ ਦੇ ਵਿੱਚ ਸਾਰੇ ਸਮੀਕਰਨ ਜਿਹੜੇ ਨੇ ਉਹ ਸਾਹਮਣੇ ਆ ਜਾਣਗੇ। ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਕੋਈ ਵੀ ਵਰਗ ਜਿਹੜਾ ਸਰਕਾਰ ਤੋਂ ਖੁਸ਼ ਨਹੀਂ ਹੈਗਾ, ਸਰਕਾਰ ਨੇ ਕੁਝ ਕੀਤਾ ਨਹੀਂ 2 ਸਾਲਾਂ 'ਚ, ਅਤੇ ਕਿਸਾਨ, ਨਰਸਾਂ, ਟੀਚਰ, ਟੈਟ ਪਾਸ, ETT ਵਾਲੇ, ਆਂਗਣਵਾੜੀ, ਮਿਡ ਡੇ ਮੀਲ, ਆਸ਼ਾ ਵਰਕਰ, ਰਮਸਾ ਵਾਲੇ, ਟਰੱਕ ਯੂਨੀਅਨ ਵਾਲੇ, ਹਰ ਬੰਦਾ ਸੜਕਾਂ 'ਤੇ ਆ ਕੇ ਧਰਨੇ ਦੇ ਰਿਹਾ, ਕੋਈ ਮਰਨ ਵਰਤ 'ਤੇ ਬੈਠਿਆ, ਕੋਈ ਆਪਣੇ ਆਪ ਨੂੰ ਅੱਗਾਂ ਲਾ ਰਹੇ ਨੇ, ਸਰਕਾਰ ਮਹਿਲਾਂ 'ਚ ਬੈਠੀ ਹੈ, ਕੋਈ ਸੁਣ ਹੀ ਨਹੀਂ ਰਿਹਾ।